ਜੀ ਅਸਲਾਮੁਅਲੈਕਮ ਮੈਂ ਅੱਜ ਮੌਜੂਦਾ ਹਰੀਪੁਰ ਦੇ ਬੋਂਸੋਨੇ ਗ੍ਰਾਂ ਦਰਵਾਜ਼ੇ 'ਚ ਇੱਥੇ ਬੋਂਸਰੀਆਂ ਅਕਵਾਮ ਆਬਾਦ ਨੇ ਦਰਜਾ ਇਰਾਰਤ ਤੇ ਹਵਾਲੇ ਨਾਲ ਇੱਕ ਗ੍ਰਾਂ ਹਰੀਪੁਰ ਤੋਂ ਇਸਤਾ ਦਰਜਾ ਇਰਾਰਤ ਕਾਫੀ ਕਟ ਹੁੰਦਾ ਅਜਤਰੀ ਦਸੰਬਰ 2020 ਬਧਾਰੇ ਦਾ ਦਿਹਾੜਾ ਹੈ ਇਹ ਦਰਵਾਜ਼ੇ ਗ੍ਰਾਂ ਦੀ ਮਸਜਿਦ ਹੈ ਇਸ ਦੇ ਸਾਹਮਣੇ ਬਿਲਕੁਲ ਮਾਤਰਬੀਲਾ ਜੀਲ ਤੇ ਕੋਈ ਗੰਗਰ ਨਜ਼ਰ ਪਿਆੰਦੇ ਬਿਲਕੁਲ ਦਰਵਾਜ਼ੇ ਗਰਾਂ ਨਾਲ ਪਿਛੇ ਟੱਕ ਹੈ ਇਧਰ ਜੇ ਕਦੇ ਦੇਖੋ ਤੇ ਦਰਵਾਜ਼ੇ ਦਾ ਪ੍ਰਾਇਮਰੀ ਸਕੂਲ ਹੀ ਵਾਕ ਹੈ ਇਸ ਪਾਸੇ ਵੀ ਦੇਖੋ ਤੇ ਟੱਕ ਹੀ ਟੱਕ ਨੇ ਇਹ ਤੇਲੇ ਦਰਵਾਜ਼ੇ ਦਾ ਗਰਾਂ ਹੈ ਇਸ ਦੇ ਸਾਹਮਣੇ ਵੀ ਹਰੀਪੁਰ ਦੇ ਸਭ ਤੋਂ ਵੱਡੇ ਸੰਗਲਾਖ ਪਾੜ ਨੇ ਇਸ ਗਰਾਂ ਦਾ ਹਰੀਪੁਰ ਤੋਂ ਜਿਹੜਾ ਫਾਸਲਾ ਹੈ ਤਕਰੀਬਨ 10 ਕਿਲੋਮੀਟਰ ਹੈ ਤੇ ਇਹ ਤੁਸੀਂ ਦੇਖੋ ਇਸ ਤੇ ਆਰ ਸ਼ਫੇਰੀ ਟਾਕੀ ਟਾਕੇ ਨੇ ਜਿਹੜੇ ਬਹੁ ਖੱਲੇ ਤੇ ਬਹੁ ਉੱਚੇ ਨੇ ਇਨਾ ਟਾਕਿਆਂ ਦੀ ਮੇਰੇ ਹਿਸਾਬ ਨਾਲ 5000 ਫੁੱਟ ਉਚਾਈ ਤੱਕੇ ਟਾਕੇ ਚਲੇ ਜੁਲਦੇ ਨੇ ਇੱਥੇ ਕੱਚੇ ਤੇ ਪੱਕੇ ਘਾਰ ਨੇ ਇੱਥੇ ਤਕਰੀਬਨ ਬੁਨਿਆਦੀ ਸੁਲਤਾਨ ਸਾਰੀਆਂ ਮੌਜੂਦ ਨੇ ਮੈਂ ਆਸਤਾ ਆਸਤਾ ਉਸ ਜਾਈਆਂ ਬੈ ਜੁਲਣਾ ਜਿੱਥੋਂ ਇਸ ਦਰਵਾਜ਼ੇ ਗਰਾਂ ਦੇ ਚਸ਼ਮੇ ਨਿਕਲਦੇ ਨੇ ਬਹੁ ਔਖਾ ਰਾਇ ਬਹੁ ਵੱਡੇ ਪੜੀਆਂ ਤੇ ਘਟੇ ਨੇ ਇਸ ਰਾਇ ਵਿੱਚ ਤੇ ਚੜਾਈ ਤੁਸੀਂ ਦੇਖ ਹਕਤੇ ਹੋ ਕਿ ਪੁਰਾਣੇ ਮਿੱਟੀ ਦੇ ਬਣੇ ਦੇ ਘarne ਇੱਥੇ ਜ਼ਿਆਦਾਤਰ ਲੋਕਾਂ ਦਾ ਇਨਸਾਰ ਜਿਹੜਾ ਹੈ ਉਹ ਗੱਲਬਾਨੀ ਹੈ ਮਾਲ ਮਵੇਸ਼ੀ ਪਾਲ ਕੇ ਤੇ ਇਹ ਆਪਣਾ ਗੁਜ਼ਰੋਕਾਤ ਕਰਦੇ ਨੇ ਨਾਲ ਨਾਲ ਕੁਝ ਲੋਕ ਜਿਹੜੇ ਨੇ ਉਹ ਸਰਕਾਰੀ ਮਹਿਕਮਿਆਂ ਵਿੱਚ ਵੀ ਕੰਮ ਕਾਜ ਕਰਦੇ ਨੇ ਇਸ ਪਾਸੇ ਦੇਖੋ ਸੰਗਲਾਖ ਪਹਾੜੇ ਮੇ ਪੋਲੇ ਪੋਲੇ ਉੱਤੇ ਪਚੜਨਾ ਬੜੀਆਂ-ਬੜੀਆਂ ਗੱਟੀਆਂ ਨੇ ਚਟਾਨਾਂ ਨੇ ਤੇ ਜਿਨ੍ਹਾਂ ਨਾਲ ਇਹ ਰਾਹ ਹੈ ਇਹ ਤੁਸੀਂ ਰਾਹ ਦਾ ਹਾਲਤ ਦੇਖ ਹਕਤੇ ਹੋ ਕਿ ਇਹ ਰਾਹ ਜਿਹੜਾ ਜਿਸ਼ਮਾਂ ਤੱਕ ਚਲਾ ਜੁਲਦੇ ਤੇ ਉਤੇ ਪਹਾੜਾਂ ਕੋਲ ਚਲਾ ਵੈਂਦੇ ਇਹ ਗਰਾਂਜ ਜਿਹੜਾ ਇਹ ਪਹਾੜਾਂ ਦੇ ਦਰਮਿਆਨ ਤਕਰੀਬਨ ਇਹਨਾਂ ਦੇ ਬਸ਼ਕਿਆਰੇ ਵਿੱਚ ਦਾਮਨ ਵਿੱਚ ਵਾਕਿਆ ਤੇ ਹੁਣ ਇਹ ਦਾਮਨ ਜਿਹੜਾ ਅੱਗੇ ਤੰਗ ਘਾਟੀ ਦੀ ਸ਼ਕਲ اختیار ਕਰਦਾ ਵੈਂਦਾ ਤੇ ਆਸਾ-ਆਸਾ ਮੈਂ ਵੀ ਅੱਗੇ ਜੁਲਣਾ ਪਿਆ ਇਸ ਨਾਲੇ ਤੁਸੀਂ ਦੇ ਹੱਕ ਤੇ ਵੱਡੇ-ਵੱਡੇ ਟਾਕੇ ਨੇ ਤੇ ਥੋੜੀ ਦੇਰ ਬਾਅਦ ਮੈਂ ਤੁਸਾਂ ਇਹਨਾਂ ਦੇ ਚਸ਼ਮਿਆਂ ਦੇ ਪਹੁੰਚਾ ਸਾਂ ਜੀ ਅਰੀ ਪੂਰਾ ਮੈਂ ਨਿਕਲਿਆ ਤੇ ਦਮਿਲ ਦੇ ਫਾਸਲੇ ਦੇ ਦਰਵਾਜ਼ੇ ਦਾ ਬੋਰਡ ਲੱਗੇ ਦਾ ਛਪੋ ਰੋਡ ਉਤੇ ਸਜੇ ਪਾਸੇ ਉਤਲੀ ਹਥੇ ਤੇ ਇੱਕ ਗਰਾਹ ਟਾਕਿਆਂ ਦੇ ਬਿਸ਼ਕਿਆਰੇ ਵਿੱਚ ਬੜਾ ਸੋਹਣਾ ਗਰਾਹ ਪੱਥਰ ਮਿੱਟੀ ਤੇ ਘਾਰੇ ਨਾਲ ਬਣੇ ਦੇ ਇਹ ਘਾਰੇ ਇਥੇ ਤੇ ਨਾਲ ਹੀ ਇਸ ਦੀ ਮਸਜਿਦ ਵੀ ਮੈਂ ਇਸ ਹਮਨਾ ਇਸ ਇਲਾਕੇ ਚ ਬਹੁਤ ਸੋਹਣੀ ਮਸਜਿਦ ਹੈ ਇਸ ਤੇ ਆਰਸ਼ਵਰੀ ਗ੍ਰਾਮਾਂ ਦਾ ਅੱਜ ਕਦੇ ਅਸੀਂ ਜ਼ਿਕਰ ਕਰਾਂ ਤੇ ਇਸ ਨਾਲ ਹੀ ਅਲੂਲੀ ਇਸ ਟਾਕੇ ਦੇ ਪਰਲੇ ਪਾਸੇ ਲੀਲੋਰੇ ਪਟਾ ਨੇ ਤੇ ਇਸ ਤੇ ਇਸ ਟਾਕੇ ਦੇ ਪਿਛਲੇ ਪਾਸੇ ਚਿੰਜਾਲਾ ਕੱਚੀ ਤੇ ਸੋਆ ਜਲਦੇ ਨੇ ਇਹਨਾਂ ਟਾਕਿਆਂ ਤੋਂ ਪਿਛੇ ਸੋਇ ਦੀ ਤਨੀ ਇਸ ਸਾਹਮਣੇ ਤਰਬੇਲਾ ਜੀਲ ਤੇ ਆਰੀਪੁਰ ਦੀਵਾਦੀ ਆ ਜਲਦੀ ਹੈ ਇਸ ਟਾਕੇ ਪਿਛੇ ਕੋਕੋਤਰੀ ਗੜਕੀ ਬਿਆਕੀ ਬੰਡਾ ਮੁਗਲਾ ਤੇ ਸੋਇ ਦੀ ਤਨੀ ਹੈ ਇਹ ਜਿੱਕਾ ਦੇ ਬੰਦੇ ਥੱਕ ਜੁਲੇ ਤੇ ਇੱਥੇ ਬਹਿਣੇ ਨਹੀਂ ਜਾਏ ਇੱਥੇ ਤੁਸੀਂ ਦਮਾਂਗਾ ਰਖਦੇ ਹੋ ਇਸ ਪੂਰੇ ਟਾਕੇ ਆਂਦੇ ਇਹਨਾਂ ਸਿਲਸਿਲਿਆਂ ਵਿੱਚ ਇਸ ਤਰ੍ਹਾਂ ਦੀਆਂ ਵੱਡੀਆਂ-ਵੱਡੀਆਂ ਚਟਾਨਾਂ ਤੁਸਾਂ ਮਿਲਸੂ ਦੇਖੋ ਇੱਕ ਹੋਰ ਵੱਡੀ ਚਟਾਨ ਤੇ ਰਾਸੇ ਦਾ ਉਤਾ ਜੰਗਲਾਂ ਚੱਲ ਜੁਲਦੇ ਇੱਥੇ ਤਿਲਿਆਰ ਚਕੌਰ ਕਸਰਤ ਨਾਲ ਪਾਈ ਜੁਲਦੇ ਨੇ ਤੇ ਜੰਗਲੀ ਕਬੂਤਰ ਵੀ ਇੱਥੇ ਮਿਲਦੇ ਨੇ ਕਾਲੇ ਤਿੱਤਰ ਵੀ ਮਿਲਦੇ ਨੇ ਹਰ ਤਰ੍ਹਾਂ ਦਾ ਪ੍ਰੇਂਦਾ ਵੀ ਆਵੇ ਇਥੇ ਖੂਨ ਖوار ਦਰਿੰਦੇ ਵੀ ਮੌਜੂਦ ਨੇ ਇਥੇ ਸਾਰੀ ਦਿਹਾੜੀ ਅਸਾਂ ਦੇ ਲੋਕਾਂ ਦੀਆਂ ਭੇਡਾਂ ਬੱਕਰੀਆਂ ਵੀ ਚਰਦੀਆਂ ਨੇ ਤੇ ਉਹਨਾਂ ਨਾਲ ਚਰਵਾਇ ਵੀ ਮੌਜੂਦ ਹੁੰਦੇ ਨੇ ਔਰ ਉਹ ਦੱਸਦੇ ਨੇ ਕਿ ਅਸਾਂ ਬਹੁਤ ਸਾਰੇ ਇਥੇ ਜਨਤ ਵੀ ਅਸਾਂ ਦੇਖੇ ਨੇ ਮਿਲਨੇ ਅਸਾਂ ਬੜਾ ਖੌਫਨਾਕ ਤੇ ਖਤਰਨਾਕ ਇਹ ਪਹਾੜੀ ਸਿਸ ਨੇ ਤਕਰੀਬ ਇਹਨਾਂ ਦੀ 5000 ਫੁੱਟ ਦੀ ਉਚਾਈ ਹੈ